ਸਭ ਤੋਂ ਪਹਿਲਾਂ ਜਦੋਂ ਹੁਣ ਇਹ ਮੈਸੇਜ ਜਾਏਗਾ ਵੀ ਆਹ ਨਵੀਂ ਤਕਨੀਕ ਆ ਗਈ, ਜਦੋਂ ਲੋਕਾਂ ਚ ਜਾਏਗੀ ਵੀ ਉਹਦੇ ਕੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ ਆਹ ਉਹਦਾ ਅਸਰ ਹੋਏਗਾ, DNA ਚੇਂਜ ਹੋ ਜਾਏਗਾ, ਮਨੁੱਖ ਦਾ ਵੀ, ਪਸ਼ੂਆਂ ਦਾ ਹੋਏਗਾ, ਮਨੁੱਖ ਦਾ ਹੋਏਗਾ, ਜੇ DNA ਚੇਂਜ ਹੋ ਜਾਂਦਾ ਇਟਸ ਵੈਰੀ ਸੀਰੀਅਸ, ਇਹ ਲੋਕਾਂ ਹਾਲੇ ਜਾਏਗੀ। ਫਿਰ ਮੈਂ ਜਿਵੇਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ, ਸੋਚ ਰਹੇ ਹਾਂ ਭਾਈ ਇੱਕ ਇੱਥੇ ਵੱਧ ਸਾਇੰਟਿਸਟਾਂ ਨੂੰ ਬੁਲਾ ਕੇ ਇੱਥੇ ਇੱਕ ਸੈਮੀਨਾਰ ਕਰਵਾਇਆ ਜਾਏ, ਇਹ ਜਾਣਕਾਰੀ ਫੈਲਾਈ ਜਾਏ ਲੋਕਾਂ ਚ, ਲੋਕਾਂ ਨੂੰ ਪਹਿਲਾਂ ਐਜੂਕੇਟ ਦਾ ਕੀਤਾ ਜਾਏ, ਐਜੂਕੇਟ ਕਰਕੇ ਫੇਰ ਇਹਦੀ ਕੋਈ ਲੜਾਈ ਕੋਈ ਹੋਰ ਸ਼ੁਰੂ ਕੀਤਾ ਜਾਏ। ਹੋ ਸਕਦਾ ਅਕਾਲ ਪੁਰਖ ਸੁੱਧ ਬੁੱਧੀ ਬਖਸ਼ੇ, ਸਾਡੇ ਜਿਹੜੇ ਲੀਡਰਸ ਨੇ ਬੈਠੇ ਸਰਕਾਰਾਂ ਵਾਲੇ ਨੇ, ਉਹ ਲੋਕਾਂ ਦੇ ਖਿਲਾਫ਼ ਇਹੋ ਜਿਹੇ ਫੈਸਲੇ ਨਾ ਲੈਣ ਜਿਹਦੇ ਨਾਲ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਫਾਇਦਾ ਇਹਦਾ ਉਦਾਂ ਹੀ ਗਿਣਾਇਆ ਜਾਂਦਾ ਜਿਵੇਂ ਕੋਰੋਨਾ ਵੈਕਸੀਨਾਂ ਦੇ ਬੜੇ ਫਾਇਦੇ ਗਿਣਾਏ ਗਏ ਸੀ, ਔਰ ਹੁਣ ਉਹਨਾਂ ਦੇ ਕੀੜੇ ਨਿਕਲੇ ਲੰਡਨ ਦੀ ਕੋਰਟ ਚ ਨਾ, ਉਹ ਕਹਿੰਦੇ ਕਿ ਇਹਦੇ ਨਾਲ ਫੀਮੇਲ ਬੱਚੀਆਂ ਪੈਦਾ ਹੋਣਗੀਆਂ। ਤੇ ਮੇਰੇ ਖਿਆਲ ਚ ਸਰਕਾਰ ਜੇ ਸੋਚਦੀ ਹੈ ਕਿ ਇਸੇ ਜੋ ਫੀਮੇਲ ਪੈਦਾ ਹੋਗੇ ਤੋ ਉਸਸੇ ਕਿਆ ਹੋਗਾ ਕਿ ਜੋ ਮੇਲ ਹੋਤਾ ਹੈ ਵੋ ਬੁਜਰਖਾਨੇ ਜਾਤਾ ਹੈ, ਬੁਜਰਖਾਨੇ ਜਾਣਾ ਕੰਮ ਹੋ ਜਾਏਗਾ। ਸ਼ਾਇਦ ਉਨਕੋ ਜੇ ਗਾਣੀ ਕਹਾਣੀ ਸੁਣਾਈ ਗਈ ਹੋਗੀ, ਮਗਰ ਨੀਚੇ ਤੋਂ ਜੇ ਹੈ ਕਿ ਗਾਏ ਹੀ ਜਾਂ ਬਾਂਝ ਹੋ ਗਈ ਤੋ ਹਮ ਤੋ ਬਛੜੀ ਲੇਤੇ ਲੇਤੇ ਗਾਏ ਸੇ ਵੀ ਹੱਥ ਹੋ ਬੈਠੇ, ਟੁੱਟਾ ਪੜ ਗਿਆ ਹਮ। ਅਬ ਨਿਹਾਲਗੜ੍ਹ ਜੀ ਬਤਾਏ, ਮੈਂ ਰਮਿੰਦਰ ਜੀ ਇੱਕੋ ਗੱਲ ਕਹਿਣੀ ਹੈ। ਦੇਖੋ ਡਾਕਟਰ ਸਾਹਿਬ ਨੇ ਇਹ ਇਸ਼ੂ ਰੇਜ਼ ਕਰਨਾ ਚਾਹੁੰਦੇ ਸੀ ਆਫਟਰ ਇਲੈਕਸ਼ਨ, ਉਹਨਾਂ ਦੀ ਕੋਈ ਐਪਰੀਹੈਂਸ਼ਨ ਸੀ, ਇਸ ਕਰਕੇ ਉਹ ਇਲੈਕਸ਼ਨ ਦੇ ਦੌਰਾਨ ਹੀ ਆਪਣੀ ਗੱਲ ਦਰਜ ਕਰਾਉਣਾ ਚਾਹੁੰਦੇ ਸੀ। ਇਸ਼ੂ ਗੰਭੀਰ ਹੈ, ਇਸ਼ੂ ਇਸ ਤਰ੍ਹਾਂ ਦੇ ਨੇ ਕਿ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੀ ਸੰਕਟ ਚੋਂ ਗੁਜ਼ਰ ਰਹੇ ਹਾਂ, ਔਰ ਪੈਸਟੀਸਾਈਡ ਅਤੇ ਉਹ ਸਾਰੇ ਐਗਰੇਰੀਅਨ ਮਾਡਲ ਨੇ ਸਾਨੂੰ ਜਿੱਥੇ ਫਸਾ ਦਿੱਤਾ, ਔਰ ਉਸ 'ਚ GM ਸਰੋਂ ਅਤੇ ਹੁਣ ਇਸ ਤਰ੍ਹਾਂ ਇਹ ਸੀਮਨ, ਇਹਦੀ ਜਿਹੜੀ ਸਾਰੀ ਚਰਚਾ ਇਹ ਬਿਲਕੁਲ ਇਹ ਸਾਡੇ ਸਾਹਮਣੇ ਇੱਕ ਸਵਾਲ ਖੜਾ ਕਰਦੀ ਹੈ, ਔਰ ਕਿਸਾਨ ਲਹਿਰ ਦੇ ਸਾਹਮਣੇ ਵੀ ਸਵਾਲ ਖੜਾ ਕਰਦੀ ਹੈ ਕਿ ਉਹ ਇਹਨਾਂ ਇਸ਼ੂਆਂ ਨੂੰ ਗੰਭੀਰਤਾ ਨਾਲ ਐਡਰੈਸ ਕਰੇ। ਸਾਡੀ ਸਾਰੀ ਜਿਹੜੀ ਖੇਤੀ ਖੋਜ ਹੈ ਉਹ ਕਾਰਪੋਰੇਟ ਦੀ ਓਰੀਐਂਟੇਸ਼ਨ ਵਾਲੀ ਹੈ, ਕਾਰਪੋਰੇਟ ਦੇ ਹਿੱਤਾਂ ਵਾਲੀ ਹੈ, ਔਰ ਇਸ ਨੂੰ ਕੁਦਰਤ ਪੱਖੀ, ਸਾਡੇ ਵਾਤਾਵਰਨ ਪੱਖੀ ਅਤੇ ਸਾਡੇ ਸਮਾਜ ਪੱਖੀ ਬਣਾਉਣ ਦੀ ਜ਼ਰੂਰਤ ਹੈਗੀ ਹੈ। ਇਸ ਇਹ ਇਸ਼ੂ ਗੰਭੀਰ ਇਸ਼ੂ ਹੈ, ਔਰ ਇਹ ਇਕੱਲਾ ਕਿਸਾਨ ਲਹਿਰ ਦਾ ਇਸ਼ੂ ਨਹੀਂ, ਇਹ ਸਾਰੇ ਪੰਜਾਬ ਦੇ ਜਨਮਾਨਸ ਦਾ, ਪੰਜਾਬ ਦੇ ਬੁੱਧੀਜੀਵੀਆਂ ਦਾ, ਪੰਜਾਬ ਦੇ ਇਸ ਤਰ੍ਹਾਂ ਦੇ ਸਾਰੇ ਖੇਤੀ ਵਿਗਿਆਨੀਆਂ ਦਾ ਵੀ ਇਸ਼ੂ ਹੈ। ਅਸੀਂ ਜਦੋਂ ਪੰਜਾਬ ਗੌਰਮੈਂਟ ਨੇ ਖੇਤੀ ਨੀਤੀ ਦੇ ਉੱਪਰ ਵੀ ਗੱਲ ਕਰਨ ਲਈ ਬੁਲਾਇਆ ਸੀ, ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਡੀ ਐਗਰੀਕਲਚਰ ਯੂਨੀਵਰਸਿਟੀ ਦੀ ਓਰੀਐਂਟੇਸ਼ਨ ਹੈ ਜਿਹੜੀ ਉਹ ਕਾਰਪੋਰੇਟ ਦੇ ਹਿੱਤਾਂ ਤੋਂ ਡਰਾਈਵ ਹੁੰਦੀ ਹੈ, ਜਦੋਂ ਕਿ ਇਸ ਨੂੰ ਪੰਜਾਬ ਦੇ ਹਿੱਤਾਂ ਤੋਂ, ਇੱਥੋਂ ਦੇ ਵਾਤਾਵਰਨ ਦੇ ਹਿੱਤਾਂ ਤੋਂ ਡਰਾਈਵ ਹੋਣਾ ਚਾਹੀਦਾ। ਡਾਕਟਰ ਦਵਿੰਦਰ ਸ਼ਰਮਾ ਵੀ ਅੱਜ ਕੱਲ੍ਹ ਇੱਕ ਗੱਲ ਉਠਾਉਂਦੇ ਨੇ ਕਿ ਉਹਨਾਂ ਨੂੰ ਜ਼ਮੀਨ ਨਹੀਂ ਚਾਹੀਦੀ, ਉਹ ਹੁਣ ਫੈਕਟਰੀਆਂ 'ਚ ਜਾਂ ਕਾਰਖਾਨਿਆਂ 'ਚ ਹੀ ਭੋਜਨ ਬਣਾ ਦੇਣਾ ਉਹਨਾਂ ਨੇ। ਉਹਨਾਂ ਨੇ ਉਸ ਤਰ੍ਹਾਂ ਦੇ ਐਕਸਪੈਰੀਮੈਂਟ ਸ਼ੁਰੂ ਕਰ ਦਿੱਤੇ ਨੇ, ਔਰ ਜੇ ਹੋ ਰਿਹਾ ਜਿਸ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਕਿ ਟੈਕਨੋਲੋਜੀ ਦੇ ਖੇਤਰ 'ਚ ਆਰਟੀਫਿਸ਼ਲ ਇੰਟੈਲੀਜੈਂਸ ਔਰ ਇਹ ਸਾਰੀਆਂ ਚੀਜ਼ਾਂ ਆ ਰਹੀਆਂ, ਇਹ ਮਨੁੱਖਤਾ ਲਈ ਘਾਤਕ ਹੋਣਗੀਆਂ। ਸਾਇੰਸ ਮਨੁੱਖਤਾ ਦੇ ਫੇਵਰ ਲਈ ਹੈ, ਕਾਰਪੋਰੇਟ ਉਸਨੂੰ ਸਾਇੰਸ ਨੂੰ ਮਨੁੱਖਤਾ ਦੇ ਉਲਟ ਭੁਗਤਾਏਗਾ, ਕੁਦਰਤ ਦੇ ਉਲਟ ਭੁਗਤਾਏਗਾ ਤਾਂ ਇਹਦਾ ਨੁਕਸਾਨ ਹੋਏਗਾ। ਇਹ 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 ਚੇਤਨਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅੱਗੇ ਲੈ ਕੇ ਜਾਣੀ ਪਊ। ਬਾਕੀ ਡਾਕਟਰ ਸਾਹਿਬ ਇਸ ਮਾਮਲੇ 'ਤੇ ਟੈਕਨੀਕਲ ਚੀਜ਼ਾਂ ਇਹ ਕਹਿਣਗੇ, ਸਾਡੇ ਕੋਲ ਇੱਕ ਥੋਰੈਟੀਕਲ ਗਾਈਡਲਾਈਨ ਆ, ਉਹ ਅਸੀਂ ਤੁਹਾਡੇ ਸਾਹਮਣੇ ਰੱਖਤੀ ਟੈਕਨੀਕਲ ਪੁਆਇੰਟ। ਜੇ 2006 ਹੀ ਆ ਗਿਆ ਥਾ
अभी नहीं, किसी को पता नहीं था, मैं एग्जैक्टली आपको बताता हूँ। 2014 में क्या हुआ, मैं मिनेसोटा में था, मिनियापोलिस से हम 2-2.5 घंटे ड्राइव करके मैं अमेरिका में सबसे पहला डेयरी फार्म जब विजिट किया तो अभी उस दिन -7 था। तो मुझे याद है कि मैंने 6 कपड़े पहने हुए थे, मेरे को ठंड लग रही थी। जैसे हम पहले डेयरी फार्म में गए तो उनको लगा कि एक वर्ल्ड क्लास साइंटिस्ट आया है, तो उससे मैं सवाल पूछता हूँ, अपनी समस्या का निराकरण करता हूँ। उसने मेरे को बोला कि व्हाट वी डू ऑफ द काव्स दैट आर बॉर्न फ्रॉम दिस टेक्नोलॉजी एंड दे आर डाइंग इन ग्रेट नंबर्स। मैंने बोला यार ये कैसे हो सकता है, इट्स नॉट पॉसिबल। क्योंकि मेरे को इतना पता था कि डीएनए डैमेज हो रहा है, मगर वो मौत तक जाता है, क्योंकि डेथ इज द लास्ट बायोकेमिकल रिएक्शन ऑफ लाइफ। तो मैंने बोला कि इतना तो नहीं हो सकता, और मेरे को एग्जैक्टली याद है कि मेरे को -7 डिग्री में भी गर्मी महसूस हुई। तो बोला कि मैंने बोला जिन तुम्हारी कोई गड़बड़ होगी, तुम्हारे डेयरी फार्म पे कुछ गड़बड़। बोला नहीं यार, मेरे डिस्ट्रिक्ट में 6 डेयरी फार्म है और 6 डेयरी फार्म की यही कहानी। तो 6 डेयरी फार्म में जब यही कहानी है तो फिर मेरे को उसकी बाद में सीरियसली दम लगा। फिर मैं न्यूजीलैंड के टूर पे गया, न्यूजीलैंड में जाकर मेरे को पता चला कि इस टेक्नोलॉजी को तो किसानों ने रिजेक्ट कर दिया, क्योंकि कंसेप्शन रेट बहुत नीचे गिर जाती है। हालांकि उनको ये नहीं पता, इस वजह से नहीं कि बछड़े पैदा हो रहे, क्योंकि वहां बछड़े का कोई सवाल नहीं है, गऊ हत्या का भी कोई सवाल नहीं है, ना न्यूजीलैंड में ना अमेरिका में। मगर उन्होंने जो गाय उनकी बांझ होनी शुरू हो गई, उनको पता चला। और हमारे भी अब किसान इसको मुंह नहीं लगाते, किसानों ने इसको टेक्नोलॉजी फ्री में भी देती है सरकार, तो भी नहीं लेते वो। तो कहने का मतलब ये है कि ये टेक्नोलॉजी जो है कि नीचे से पता चला, जब मैंने इसको देखा मेरे दिमाग में उस समय भी आया कि ये जेनेटिक मॉडिफिकेशन हो रही है। फिर जब मैंने इसकी दुनिया भर का लिटरेचर देखा, खंगाला, सोच, पढ़ा लिखा, मेरे को पता चला कि ये जेनेटिकल मॉडिफिकेशन नहीं है, ये जेनेटिकल डैमेज है। जीएम फसलें जैसे होती है ना, तो हमको पता होता है कि फसल कितनी बदली, किस दिशा में बदली। जहां तो डीएनए डैमेज है, हमको पता ही नहीं वो किस दिशा में बदल गया। कल को गाय अपना ही बछड़ा मार के खा जाए, हमें हैरानी नहीं होनी चाहिए। क्योंकि गाय मांसाहारी नहीं होती है, मगर उसका डीएनए बदला तो वो बदल जाएगी। आप किस में बदलेगी, अंदाजा लगाओ। मच्छर में तो नहीं बदलेगी, सांप में तो नहीं बदलेगी, डड्डू में तो नहीं बदलेगी, बदलेगी अपने रिश्तेदार में। गाय बाहर से देखने में तो गाय लग रही है, अंदर से वो बन चुकी है कोई कुतिया या गधी या भेड़ियन। तो क्या हम उसको गाय माता बोलेंगे, क्या उसका दूध पिएंगे, अपने बच्चों को पढ़ाएंगे? मतलब डीएनए गाय का बदल देना, फिर हमारा डीएनए बदल जाना। हमारा डीएनए बदलने से कितने नुकसान होते हैं, मैं आपको एक एग्जांपल देता हूं। जब कोरोना वायरस की खोज की थी डेविड टॉरल ने, डोरोथी हेमरे ने, तो वो अपने स्टूडेंट्स को ऐसे तली पे, ऐसे जो होती है ना कल्चर पैट्री डिश में, ऐसे बोलते थे सूंघ लो, तो वो सूंघते थे, 2 दिन के लिए हल्का सा जुकाम आता था। अब वही कोरोना इतने बंदे मार देता है, यानी कि डीएनए हमारा बदला किसने, जो खेती का मॉडल, जैसे रविंद्र जी अभी बोल रहे थे कॉर्पोरेट मॉडल जो ड्वार्फ फसलें लेके आया, दुनिया के जहरों की खेती हुई, हाइब्रिड फसलें आई। हम तो नेचुरल फसलें खाते थे, बाबा नानक भी खेती करते थे, 5000 साल पहले खेती होती थी, वो जो खेती होती थी फसलें खराब नहीं हुई। ये तो 50 सालों में सारी जमीनें खराब होगी, जहर से भर गई, कैंसर से भर गए लोग। ऐसे ही है ये जो टेक्नोलॉजी अब आई है, हम चाहते हैं डीएनए वाली बदली वाली चीज नहीं चाहिए। अब डीएनए बदलने से ही, जैसे प्रोफेसर डेविड फागनी ने कहा और उनके ब्रिटिश कैंसर जर्नल में छपा, कि जब लोग मरेंगे कैंसर से, भैया हम अपने नहीं मरना चाहते, अपने बच्चों को भी नहीं मरवाना चाहते, प्लीज इस टेक्नोलॉजी को बैन कर। दूसरा इशू असि एक क्लैरिफिकेशन देना चाहते हैं थानू, बस B
ਬੀਤੇ ਕੱਲ ਤੁਹਾਡੇ ਸਾਰਿਆਂ ਕੋਲ ਇੱਕ ਚਰਚਾ ਹੋਣੀ ਹੈ ਕਿ ਇੰਟੈਲੀਜੈਂਸ ਬਿਊਰੋ ਨੇ ਸਾਡੀ ਜਥੇਬੰਦੀ ਦੇ ਪ੍ਰਧਾਨ ਸਾਹਿਬ ਦੇ ਘਰ ਤੇ ਰੇਡ ਕੀਤੀ ਸੀ। ਸਾਰੀ ਦਿਹਾੜੀ ਇਹ ਚਰਚਾ ਚੱਲਦੀ ਰਹੀ ਔਰ ਸਾਰੀ ਪ੍ਰੈਸ 'ਚ ਜਾਂ ਹੋਰਾਂ 'ਚ ਇਹ ਗੱਲ ਘੁੰਮਦੀ ਰਹੀ ਔਰ ਸਾਡੇ ਕੋਲ ਬਹੁਤ ਸਾਰੇ ਰਾਜੇਵਾਲ ਸਾਹਿਬ ਸਮੇਤ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਕਿਹਾ ਕਿ ਇਟਸ ਏ ਸੀਰੀਅਸ ਇਸ਼ੂ, ਆਈ ਬੀ ਹੈਜ਼ ਨੋ ਪਾਵਰ ਟੂ ਰੇਡ, ਇਹ ਸੀਰੀਅਸ ਇਸ਼ੂ ਹੈ। ਸ਼ਾਮ ਨੂੰ ਜਾ ਕੇ ਜਦੋਂ ਅਮਿਤ ਸ਼ਾਹ ਦੇ ਵਿਰੋਧ ਤੋਂ ਉਸ ਪ੍ਰੋਟੈਸਟ ਤੋਂ ਨਿਰਭੈ ਸਿੰਘ ਜੀ ਫਰੀ ਹੋਏ ਤਾਂ ਡੀ ਐਸ ਪੀ ਨਿਹਾਲ ਸਿੰਘ ਵਾਲਾ ਨੇ ਉਹਨਾਂ ਨੂੰ ਫੋਨ ਕੀਤਾ ਔਰ ਉਦੋਂ ਜਾ ਕੇ ਗੱਲ ਕਲੀਅਰ ਹੋਈ ਗੱਲ ਹੈ ਕੀ ਹੈ। ਬੇਸਿਕਲੀ ਜਦੋਂ ਕੱਲ੍ਹ ਰੇਡ ਕੀਤੀ ਸੀ ਤਾਂ ਦੋ ਟੀਮਾਂ ਆਈਆਂ ਸੀ, ਦੋ ਵਹੀਕਲ 'ਚ ਟੀਮਾਂ ਆਈਆਂ ਸੀ ਔਰ ਉਹ ਸਾਰੇ ਨੌਨ ਪੰਜਾਬੀ ਸੀ ਔਰ ਜਦੋਂ ਉਹ ਘਰ ਗਏ ਨੇ ਤਾਂ ਨਿਰਭੈ ਸਿੰਘ ਹੁਣਾਂ ਦੇ ਬਿਰਧ ਮਾਤਾ ਜੀ ਅਤੇ ਉਹਨਾਂ ਦੀ ਪਤਨੀ ਘਰ ਸੀਗੇ ਔਰ ਉਹਨਾਂ ਨੇ ਆਪਣੇ ਆਪ ਨੂੰ ਆਈ ਬੀ ਦੇ ਵਿੰਗ ਵਜੋਂ ਪੇਸ਼ ਕੀਤਾ ਸੀ ਪਰ ਮਗਰੋਂ ਜਾ ਕੇ ਕਲੀਅਰ ਹੋਇਆ ਕਿ ਕੋਈ ਆਈ ਪੀ ਐੱਸ ਟ੍ਰੇਨਿੰਗ ਆਫਿਸਰ ਹੈ ਜਿਹੜਾ 3 ਮੰਥ ਟ੍ਰੇਨਿੰਗ 'ਤੇ ਆਇਆ, ਉਹਦਾ ਟੋਟਲ ਕੰਡਕਟ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ। ਹਾਲਾਂਕਿ ਉਹ ਰਾਤ ਇਸ ਗੱਲ ਲਈ ਜਿਹਨੂੰ ਕਹਿੰਦੇ ਹੁੰਦੇ ਨੇ ਕਿ ਸੌਰੀ ਫੀਲ ਕਰ ਗਏ ਪ੍ਰਧਾਨ ਜੀ ਕੋਲ, ਪਰ ਇੱਕ ਆਈ ਪੀ ਐੱਸ ਟ੍ਰੇਨਿੰਗ ਆਫਿਸਰ ਦਾ ਇਹ ਕੰਡਕਟ, ਇਹ ਮਤਲਬ ਉਸਨੂੰ ਉਸਦੀ ਸੀਰੀਅਸ ਲੈਪਸ ਹੈ ਔਰ ਹੋਮ ਡਿਪਾਰਟਮੈਂਟ ਨੂੰ ਇਸ ਗੱਲ 'ਤੇ ਉਸਨੂੰ ਜਿਹੜਾ ਉਸਨੇ ਡਿਊਟੀ ਦਾ ਕੋਡ ਆਫ ਜੋ ਵੀ ਉਹਨਾਂ ਦਾ ਕੰਡਕਟ ਹੈ, ਡਿਸਿਪਲਨਰੀ ਕੰਡਕਟ ਹੈ, ਉਹਦੀ ਜਿਹੜੀ ਇਹ ਵਾਇਲੇਸ਼ਨ ਕੀਤੀ ਹੈ ਇਹ ਟੋਟਲ ਗਲਤ ਹੈ। ਜੇ ਉਹਨਾਂ ਨੂੰ ਨਿਰਭੈ ਸਿੰਘ ਉਹਨਾਂ ਨੂੰ ਡਿਟੇਨ ਕਰਨ ਲਈ ਵੀ ਆਏ ਸੀ ਤਾਂ ਸਾਰੇ ਘਰ ਦੀ ਤਲਾਸ਼ੀ ਲੈਣ ਦਾ, ਨਾ ਉਹਦੇ ਕੋਲ ਕੋਈ ਸਰਚ ਵਾਰੰਟ ਸੀ ਨਾ ਕੋਈ ਉਹਦੇ ਕੋਲ, ਉਹਨੇ ਸਾਰਾ ਘਰ ਫਰੋਲਿਆ ਔਰ ਸੀ ਸੀ ਟੀ ਵੀ ਕੈਮਰਾ ਉਹਨਾਂ ਦਾ ਮੋਬਾਈਲ ਔਰ ਬਜ਼ੁਰਗ ਔਰਤਾਂ ਨਾਲ ਠੀਕ ਵਿਹਾਰ ਨਹੀਂ ਕੀਤਾ। ਕਈ ਵਾਰੀ ਨਵੇਂ ਨਵੇਂ ਨੂੰ ਥਾਣੇਦਾਰੀ ਜ਼ਿਆਦਾ ਚੜ੍ਹ ਜਾਂਦੀ ਹੈ, ਅਸੀਂ ਹੋਮ ਮਿਨਿਸਟਰੀ ਨੂੰ ਇਹ ਕਹਿੰਦੇ ਹਾਂ ਕਿ ਕਿਰਪਾ ਕਰਕੇ ਇਸ ਗੱਲ ਦੇ ਉੱਪਰ ਥੋੜ੍ਹਾ ਸੀਰੀਅਸਲੀ ਜਿਹੜਾ ਸਿਖਾਓ ਉਹਨਾਂ ਨੂੰ ਕਿ ਇਹ ਵਾਇਲੇਸ਼ਨ ਨਾ ਹੋਵੇ। ਅਸੀਂ ਜਦੋਂ ਨਵਾਂ ਟ੍ਰੇਨਿੰਗ ਹੈ ਹਾਲੇ ਉਹਨੂੰ ਜੋਬ 'ਚ ਆਇਆ ਤਾਂ ਪ੍ਰਧਾਨ ਜੀ ਨੇ ਇੰਨਾ ਜ਼ਰੂਰ ਕਿਹਾ ਵੀ ਚਲੋ ਅੱਗੇ ਤੋਂ ਬੰਦਾ ਸਿੱਖ ਜਾਊਗਾ, ਤਾਂ ਅਸੀਂ ਜ਼ਰੂਰ ਇਹ ਚਾਹਾਂਗੇ ਕਿ ਇਸ ਤਰ੍ਹਾਂ ਦੇ ਨਵੇਂ ਟ੍ਰੇਨਿਆਂ ਨੂੰ ਇਸ ਤਰ੍ਹਾਂ ਦੀ ਕੋਈ ਸਹੀ ਜਿਹੜੀ ਸਿੱਖਿਆ ਦਿਖਿਆ ਹੈ ਉਹ ਜਿਹੜੀ ਦੇ ਕੇ ਭੇਜਿਆ ਜਾਵੇ। ਦੂਸਰਾ ਮਾਮਲਾ ਬਿਲਕੁਲ ਇਹ ਹੈ ਕਿ ਵੀ ਪੰਜਾਬ ਗੌਰਮੈਂਟ ਨੇ ਜਿਸ ਤਰ੍ਹਾਂ ਫੜੋ ਫੜੀ ਕੀਤੀ ਹੈ, ਸਾਡਾ ਪੀਸਫੁੱਲ ਪ੍ਰੋਟੈਸਟ ਦਾ ਜਿਹੜਾ ਅਧਿਕਾਰ ਖੋਇਆ ਆ ਉਸ ਮਾਮਲੇ ਦੇ ਉੱਪਰ ਸਾਡੇ ਕੰਸਰਨ ਹੈਗੇ ਨੇ। ਮੈਨੂੰ ਲੱਗਦਾ ਕਿ ਇਹ ਨਿਹਾਲਗੜ੍ਹ ਸਾਹਿਬ ਜਾਂ ਰਾਜੇਵਾਲ ਸਾਹਿਬ ਇਸ ਗੱਲ ਦੇ ਉੱਪਰ, ਮੈਂ ਆਈ ਬੀ ਵਾਲਾ ਪੁਆਇੰਟ ਕਲੀਅਰ ਕਰਨਾ ਚਾਹੁੰਦਾ ਸੀਗਾ ਕਿਉਂਕਿ ਲਗਾਤਾਰ ਸੀ ਇਹ ਔਰ ਇਹ ਸੀਰੀਅਸ ਮਾਮਲਾ ਸੀ। ਮੈਨੂੰ ਲੱਗਦਾ ਇਸ ਤੋਂ ਬਾਅਦ 'ਚ ਇਹ ਸਮਾਪਤ ਹੋਜੂ। ਅਸੀਂ ਆਪਣੇ ਫੇਸਬੁੱਕ ਪੇਜ ਤੋਂ ਉਹ ਪ੍ਰੈਸ ਸਟੇਟਮੈਂਟ ਵੀ ਹੁਣ ਹਟਾ ਲਾਂਗੇ ਵੀ ਕੋਈ ਇੰਟੈਲੀਜੈਂਸ ਵਿੰਗ ਨੇ, ਉਹ ਆਈ ਪੀ ਐੱਸ ਟ੍ਰੇਨਿੰਗ ਆਫਿਸਰ ਹੈ, ਬਸ ਇੰਨੀ ਕੁ ਗੱਲ ਹੈ। ਉਹਦੇ ਉਹ ਜਿਹੜੀ ਉਹਨੇ ਵਾਇਲੇਸ਼ਨ ਕੀਤੀ ਹੈ ਉਹਦੇ 'ਤੇ ਗੌਰਮੈਂਟ ਜ਼ਰੂਰ ਉਸਨੂੰ ਥੋੜ੍ਹਾ ਸਿਖਾਵੇ ਇਸ ਮਾਮਲੇ ਤੋਂ ਬਾਅਦ। ਦੇਖੋ ਉਸਨੇ ਕਿਉਂਕਿ ਇਸ਼ੂ ਬਣ ਗਿਆ, ਇਸ਼ੂ ਫੈਡਰਲ ਇਸ਼ੂ ਸੀ। ਅਸੀਂ ਅੱਜ ਇਹ ਸੋਚ ਰਹੇ ਸੀਗੇ ਇਸ ਮਾਮਲੇ 'ਤੇ ਹਾਈ ਕੋਰਟ ਜਾਵਾਂਗੇ, ਪਰ ਜਦੋਂ ਆ ਗਏ ਰਾਤ ਉਹ ਤਾਂ ਇਸ ਮਾਮਲੇ 'ਚ ਜਦੋਂ ਇਸ਼ੂ ਕਲੀਅਰ ਹੋ ਗਿਆ, ਇਤਰਾਜ਼ ਸਾਡਾ ਹੈਗਾ, ਅਸੀਂ ਐੱਸ ਐੱਸ ਪੀ ਮੋਗੇ ਨੂੰ ਕਹਾਂਗੇ ਇਸ ਮਾਮਲੇ ਦੇ ਉੱਪਰ ਕਿ ਹੋਮ ਮਿਨਿਸਟਰੀ ਨੂੰ ਲਿਖਣ ਕਿ ਇਸ ਬੰਦੇ ਨੂੰ ਕੰਡਕਟ ਸਿਖਾਇਆ ਜਾਵੇ। ਮੈਂ ਕਿਹਾ ਜੀ ਅਸੀਂ ਉਹੀ ਲਿਖਣ ਨੂੰ ਕਹਿ ਰਹੇ ਹਾਂ ਭਰਾਵਾ,
ਅਸੀਂ ਹੋਈ ਅਸੀਂ ਐਸ ਐਸ ਪੀ ਨੂੰ ਦੇਵਾਂਗੇ ਕੰਪਲੇਂਟ ਇਸ ਮਾਮਲੇ ਤੇ ਦੇਵਾਂਗੇ। ਸੀ ਸੀ ਟੀ ਵੀ ਕੈਮਰਾ ਉਹਨੇ ਸਰਚ ਕੀਤਾ ਪ੍ਰਧਾਨ ਜੀ ਦਾ ਮੋਬਾਈਲ, ਕਿਉਂਕਿ ਅਸੀਂ ਇਸ ਮਾਮਲੇ 'ਚ ਅਲਰਟ ਸੀਗੇ ਕਿ ਕੋਈ ਡਿਟੇਨ ਕਰਨ ਲਈ ਰੇਡਸ ਹੋ ਸਕਦੀਆਂ, ਤੋ ਲੋਕੇਸ਼ਨ ਉਹਦੇ ਤੋਂ ਟਰੇਸ ਹੁੰਦੀਆਂ, ਤੋ ਮੋਬਾਈਲ ਘਰੇ ਛੱਡ ਗਏ ਸੀਗੇ, ਤੋ ਉਸ ਮੋਬਾਈਲ ਦੇ ਆਸਰੇ ਉਹਨਾਂ ਨੇ ਮੋਬਾਈਲ ਸਰਚ ਕੀਤਾ, ਜਦੋਂ ਕਿ ਇਹ ਕਰ ਨਹੀਂ ਸਕਦਾ ਉਹ। ਤੋ ਅਸੀਂ ਤਾਂ ਇਸ ਮਾਮਲੇ ਨੂੰ ਸੀਰੀਅਸ ਇਸ ਲਈ ਲਿੱਤਾ ਕਿ ਸਾਰੇ ਨੌਨ ਪੰਜਾਬੀ ਆਏ, ਉਹ ਹਿੰਦੀ ਸਪੀਕਿੰਗ ਪੀਪਲ ਸੀਗੇ, ਆਈ ਬੀ ਕਹਿ ਕੇ ਆਇਆ, ਤੋ ਨੈਚੁਰਲੀ ਅਸੀਂ ਇਸ ਨੂੰ ਆਪਣੀ ਜਨਤਾ ਦੇ ਸਾਹਮਣੇ ਤਾਂ ਜਾਂ ਤੁਹਾਡੇ ਸਾਹਮਣੇ ਲਿਆਉਣਾ ਸੀਗਾ ਕਿ ਇਹ ਫੈਡਰਲ ਡੈਮੋਕ੍ਰੈਟਿਕ ਫੈਡਰਲ ਰਾਈਟਸ ਦੀ ਉਲੰਘਣਾ ਆ। ਔਰ ਉਸ ਮਾਮਲੇ 'ਚ ਆਈ ਬੀ ਨੇ ਮਗਰੋਂ ਦੀ ਕਿਹਾ ਹੋਊਗਾ, ਉਹਨਾਂ ਨੂੰ ਖਿੱਚਿਆ ਹੋਊਗਾ ਕੁਛ, ਤਾਂ ਰਾਤ ਡੀ ਐਸ ਪੀ ਖੁਦ ਉਹਨੂੰ ਨਾਲ ਲੈ ਕੇ ਪ੍ਰਧਾਨ ਹੋਰਾਂ ਦੇ ਘਰੇ ਆਏ ਸੀਗੇ। ਤੁਹਾਡੀ ਗੱਲ ਠੀਕ ਹੈ ਕਿ ਇਹ ਇਸ਼ੂ ਸੀਰੀਅਸ ਹੈ, ਔਰ ਇਸ ਸੀਰੀਅਸ ਇਸ਼ੂ 'ਚ ਮੈਂ ਤਾਂ ਪਹਿਲਾਂ ਕਿਹਾ ਕਿ ਇਸ ਤਰ੍ਹਾਂ ਦੇ ਅਫਸਰ ਨੂੰ ਨਵੇਂ ਨੂੰ ਕਈ ਵਾਰੀ ਚੀਜ਼ 'ਚ ਉਹ ਉਸ ਮਾਮਲੇ 'ਚ ਉਹਨੂੰ ਐਜੂਕੇਟ ਕਰਨ ਲਈ ਉਹ ਆਪਣਾ ਦੇਖਣ ਸਾਰਾ ਕੁਝ ਉਹਨੇ ਜਿਹੜੀ ਵਾਇਲੇਸ਼ਨ ਕੀਤੀ ਹੈ, ਅਸੀਂ ਕੰਪਲੇਂਟ ਦੇਵਾਂਗੇ ਉਸ 'ਤੇ। ਨਹੀਂ ਚਲੋ ਅਸੀਂ ਕੰਪਲੇਂਟ ਅਸੀਂ ਤੁਹਾਡੇ ਰਹਾਂਗੇ, ਗੱਲ ਕਲੀਅਰ ਕਰਨਾ ਚਾਹੁੰਦੇ ਜੀ ਦੀਪਕ ਜੀ, ਲਿਖਾ ਲਿਖਾਂਗੇ ਲਿਖਾਂਗੇ। ਪਰ ਇੱਕ ਇੱਕ ਗੱਲ ਰਾਜਵਾਲ ਸਾਹਿਬ, ਸਾਨੂੰ ਜਿਹੜਾ ਗਿਲਾ ਹੈ ਕਿਸਾਨਾਂ ਨੇ ਉੱਥੇ 13 ਮਹੀਨੇ ਸੰਤਾਪ ਭੋਗਿਆ, ਤੇ ਹੁਣ ਜਿਹੜੇ ਫੇਰ ਸਾਡੇ ਸਾਥੀ ਜਾਣ ਲੱਗੇ ਸੀ ਉਹਨਾਂ ਨਾਲ ਵੀ ਉਸੇ ਤਰ੍ਹਾਂ ਦਾ ਜਿਹੜਾ ਵਰਤਾਓ ਹੋਇਆ ਸੀ। ਕੁਝ 11 ਸਵਾਲ ਪੰਜਾਬ ਸਰਕਾਰ ਲਈ ਜਾਰੀ ਕੀਤੇ, 11 ਸਵਾਲ ਭਾਰਤ ਸਰਕਾਰ ਲਈ ਜਾਰੀ ਕੀਤੇ। ਅਸੀਂ ਉਹ ਸਵਾਲ ਕਰਨ ਜਾਂਦੇ ਹਾਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਵੀ ਜਿਹੜਾ ਸਾਡੇ ਕੋਲੋਂ ਵੋਟਾਂ ਮੰਗਦਾ ਅਸੀਂ ਉਹਨੂੰ ਪੁੱਛੀਏ ਤੈਨੂੰ ਕਿਉਂ ਵੋਟ ਕਰੀਏ, ਤੇ ਸਾਨੂੰ ਇਸ ਗੱਲ ਦੀ ਦਾ ਗਿਲਾ ਹੈ ਵੀ ਪੰਜਾਬ ਪੁਲਿਸ ਨੂੰ ਇਹ ਕੋਈ ਅਧਿਕਾਰ ਨਹੀਂ ਕਿਸੇ ਵੀ ਵੋਟਰ ਨੂੰ ਉਹਦੇ ਰਸਤੇ 'ਚ ਰੋੜਾ ਬਣੇ ਉਹਦੇ ਸਵਾਲ ਪੁੱਛਣ ਦੇ। ਪੰਜਾਬ ਪੁਲਿਸ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਚਾਉਣ ਦਾ ਰੋਲ ਪਲੇ ਕਰ ਰਹੀ ਹੈ, ਔਰ ਇਲੈਕਸ਼ਨ ਕਮਿਸ਼ਨ ਦੀ ਮਿਲੀ ਭੁਗਤ ਹੈ, ਇਦੋਂ ਬਿਨਾਂ ਇਹ ਹੋ ਨਹੀਂ ਸਕਦਾ। ਅਸੀਂ ਇਹਨੂੰ ਕੰਡੈਮ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਲੋਕਾਂ ਨੂੰ ਆਪਣੇ ਸਵਾਲ ਕਰਨ ਦਿਓ, ਜਿੱਥੇ ਕੋਈ ਵਾਇਲੈਂਟ ਹੁੰਦਾ ਉੱਥੇ ਤੁਸੀਂ ਜ਼ਰੂਰ ਕਾਰਵਾਈ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਜਿੱਥੇ ਪੀਸਫੁਲੀ ਕੋਈ ਸਵਾਲ ਪੁੱਛਦਾ ਉਹਨੂੰ ਰੋਕਣਾ ਹਰ ਜਗ੍ਹਾ ਜਿੱਥੇ ਅਸੀਂ ਜਾਂਦੇ ਹਾਂ। ਕੱਲ੍ਹ ਹੋਮ ਮਿਨਿਸਟਰ ਨੇ ਆਉਣਾ ਸੀ ਲੁਧਿਆਣੇ ਅਤੇ ਡਿਫੈਂਸ ਮਿਨਿਸਟਰ ਨੇ ਆਉਣਾ ਸੀ ਖੰਨੇ, ਸਾਡੇ ਜਿਹੜੇ ਬਲਾਕ ਪੱਧਰ ਦੇ ਵੀ ਵਰਕਰ ਨੇ ਉਹਨਾਂ ਦੇ ਘਰਾਂ 'ਚ ਸਵੇਰੇ ਪੁਲਿਸ ਬਿਠਾ ਤੀ। ਇੱਕ DSP ਨੇ ਇੱਕ ਜਗ੍ਹਾ ਤੋਂ ਬੰਦੇ ਜ਼ਿਲ੍ਹੇ ਦੇ ਅਹੁਦੇਦਾਰ ਚੱਕੇ, ਉਹਨਾਂ ਨੂੰ ਦੂਜੇ ਪਿੰਡ, ਤੀਜੇ ਪਿੰਡ, ਚੌਥੇ ਪਿੰਡ ਇੱਕ ਜਗ੍ਹਾ ਸਾਰੇ ਇਕੱਠੇ ਕਰਕੇ ਇੱਕ ਅਹੁਦੇਦਾਰ ਦੇ ਘਰ ਸਾਰੀ ਦਿਹਾੜੀ ਬਿਠਾ ਕੇ ਬੈਠਾ ਰਿਹਾ, ਸ਼ਾਮ ਨੂੰ ਉੱਥੋਂ ਉੱਠ ਕੇ ਤੁਰ ਗਿਆ। ਇਹਦੇ ਕੀ ਮਾਨੇ ਆ, ਲੋਕ ਕਿਉਂ ਨਾ ਸਵਾਲ ਕਰਨ ਆਪਣੇ ਨੁਮਾਇੰਦਿਆਂ ਨੂੰ? ਇਸ ਤਰ੍ਹਾਂ ਪੁਲਿਸ ਦਾ ਕੋਈ ਅਧਿਕਾਰ ਨਹੀਂ ਇੱਦਾਂ ਕੰਮ ਕਰਨ ਦਾ, ਇਹ ਸਾਰਾ ਗੈਰ ਕਾਨੂੰਨੀ ਹੈ। ਫਿਰ ਇਲੈਕਸ਼ਨ ਕਾਹਦੀ ਹੈ? ਫਿਰ ਤਾਂ ਡਿਕਟੇਟਰਸ਼ਿਪ ਹੈ। ਅਸੀਂ 5 ਸਾਲਾਂ ਬਾਅਦ ਜਦੋਂ ਮੌਕਾ ਆਉਂਦਾ ਉਦੋਂ ਅਸੀਂ ਸਵਾਲ ਨਹੀਂ ਕਰ ਸਕਦੇ, ਤੇ ਫਿਰ ਬਾਅਦ 'ਚ ਤਾਂ ਇਹਨਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ, ਫਿਰ ਤਾਂ ਇਹਨਾਂ ਦੇ ਸੱਤਾ ਚੜ੍ਹੀ ਹੁੰਦੀ ਹੈ। ਕਾਨੂੰਨੀ ਸਹਾਇਤਾ ਲਾਓਗੇ ਕੋਈ ਜਦੋਂ ਕੋਈ ਇਲੈਕਸ਼ਨ ਕਮਿਸ਼ਨ ਵੀ ਤੁਹਾਡੀ ਗੱਲ ਨਹੀਂ ਸੁਣ? ਨਹੀਂ, ਹੁਣ ਉਹਨਾਂ ਸਮਾਂ ਨਹੀਂ ਜੇ ਕਾਨੂੰਨੀ। ਮੈਂ ਕੱਲ੍ਹ ਵਕੀਲਾਂ ਨਾਲ ਗੱਲ ਕੀਤੀ ਸੀ, ਦਿਨ ਰਹਿ ਗਏ 4, ਮੈਂ ਇੱਥੇ ਹਾਈ ਕੋਰਟ ਵਕੀਲਾਂ ਨਾਲ ਕੱਲ੍ਹ ਸ਼ਾਮ ਨੂੰ ਗੱਲ ਕੀਤੀ ਸੀ ਵੀ ਇਸ ਤਰ੍ਹਾਂ ਸਾਡੇ ਨਾਲ ਹੁੰਦਾ ਵੀ
ਅੱਜ ਤਾਂ ਹੱਦੇ ਹੋ ਗਈ ਇੰਨੇ ਜ਼ਿਆਦਾ ਵੱਡੀ ਪੱਧਰ ਤੇ। ਨਹੀਂ ਨਹੀਂ ਕੱਲ ਬਹੁਤ ਜ਼ਿਆਦਾ ਕੀਤਾ, ਕੱਲ ਤਾਂ ਬਹੁਤ ਹੀ ਜ਼ਿਆਦਾ ਕੀਤਾ, ਲੋਏਸਟ ਲੈਵਲ ਤੱਕ ਗਏ ਇਹ ਕੱਲ। ਜਿਹੜਾ ਕੋਈ ਸਾਡੇ ਨਾਲ ਹਮਦਰਦੀ ਵੀ ਰੱਖਦਾ ਸੀ ਉਹਨੂੰ ਵੀ ਘਰੇ ਕੈਦ ਕਰਤਾ। ਨਹੀਂ ਗਲਤ ਹੈ, ਸਾਨੂੰ ਅਸੀਂ ਸਵਾਲ ਪੁੱਛਣਾ। ਇਹ ਸਾਰੀਆਂ ਗੱਲਾਂ ਅਸੀਂ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਹਾਂ, ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਇਲੈਕਸ਼ਨ ਕਮਿਸ਼ਨ ਨੂੰ, ਸਾਡੇ ਪੰਜਾਬ ਦੇ ਨੂੰ, ਵੀ ਸਾਡਾ ਕੰਮ ਹੈਗਾ ਪੀਸਫੁਲੀ ਸਵਾਲ ਕਰਨ ਦਾ, ਉਹਦੇ ਜਵਾਬ ਲੈਣ ਦਾ, ਇਹ ਸਾਡਾ ਅਧਿਕਾਰ ਹੈ। ਪਰ ਤੁਸੀਂ ਜਦੋਂ ਇਹ ਆਉਂਦੇ ਨੇ, ਜਿਹੜਾ ਕੈਂਡੀਡੇਟ ਆਉਂਦਾ ਹੈ ਉਹਨੂੰ ਤੁਸੀਂ ਫੋਰਸ ਦਿੱਤੀ ਹੋਈ ਹੈ, ਉਹ ਵਰਕਰ ਦੇ ਨਾਂ ਦੇ ਬੰਦੇ ਲੈ ਕੇ ਆਉਂਦਾ, ਉਹਨਾਂ ਦੇ ਕ੍ਰੈਡੈਂਸ਼ੀਅਲਸ ਵੈਰੀਫਾਈ ਕਰੋ ਵੀ ਜਿਹੜੇ ਬੰਦੇ ਆਉਂਦੇ ਨੇ। ਅਸੀਂ ਤਾਂ ਰੋਕਦੇ ਹਾਂ ਵੀ ਸਾਨੂੰ ਸਵਾਲਾਂ ਦੇ ਜਵਾਬ ਦੇ ਕੇ ਜਾਵੇ, ਉਹ ਚਾਹੁੰਦੇ ਆ ਮਿੱਟੀ ਪਾ ਕੇ ਲੰਘ ਜਾਈਏ। ਫਿਰ ਉਹ ਅੱਗੇ ਹੁੰਦੇ ਆ, ਜਦੋਂ ਅੱਗੇ ਹੁੰਦੇ ਆ ਉਹ ਜਿਹੜੇ ਉਹਨਾਂ ਦਾ ਅਮਲਾ ਫੈਲਾ, ਜਿਹੜੇ ਫੜੇ ਹੋਏ ਗੁੰਡੇ ਨੇ, ਉਹ ਸਾਡੇ ਬੰਦਿਆਂ ਨਾਲ ਧੱਕਾ ਮੁੱਕੀ ਹੁੰਦੇ ਨੇ, ਨਾਲ ਪੁਲਿਸ ਉਹਨਾਂ ਨੂੰ ਸਪੋਰਟ ਕਰਦੀ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਵੈਰੀਫਾਈ ਕਰੋ, ਜਿੱਥੇ ਅਸੀਂ ਵਾਇਲੈਂਟ ਹੋਵਾਂਗੇ ਉਦੋਂ ਸਾਡੇ ਖਿਲਾਫ਼ ਕਾਰਵਾਈ ਕਰੇ ਹੋਏ। ਅਸੀਂ ਇਲੈਕਸ਼ਨ ਕਮਿਸ਼ਨਰ ਨੂੰ ਕਿਹਾ ਸੀ ਜਿੱਦਣ ਬੀਜੇਪੀ ਵਾਲੇ ਮਿਲੇ ਨੇ ਤਾਂ ਦੋ ਦਿਨ ਬਾਅਦ, ਪਰ ਹੁੰਦਾ ਇਹਦੇ ਉਲਟਾ, ਬਿਲਕੁਲ ਕੋਈ ਪੁੱਛਣ ਵਾਲਾ ਨਹੀਂ, ਲੋਕੀ ਸਵਾਲ ਕਰ ਹੀ ਨਹੀਂ ਸਕਦੇ। ਔਰ ਉਹ ਜੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਹਨਾਂ ਨੂੰ ਤਕਲੀਫ਼ ਬਹੁਤ ਹੋ ਰਹੀ ਹੈ, ਉਹ ਜੋ ਹਵਾ ਤਵਾ ਜਿੰਨਾ ਬੋਲ ਸਕਦੇ ਸਾਡੇ ਖਿਲਾਫ਼ ਬੋਲਦੇ ਆ, ਅਸੀਂ ਇਹ ਤੋਂ ਬੜੇ ਖੁਸ਼ ਹੁੰਦੇ ਹਾਂ ਵੀ ਚਲੋ ਚੂੰਡੀ ਭਰੀ ਉਹਨਾਂ ਨੂੰ ਤਕਲੀਫ਼ ਮਹਿਸੂਸ ਹੋਈ ਹੈ। ਔਰ ਇਹ ਪਹਿਲੀ ਵਾਰੀ ਅਸੀਂ ਕ੍ਰੈਡਿਟ ਲੈਂਦੇ ਹਾਂ ਵੀ ਕਿਸਾਨ ਮੋਰਚੇ ਨੇ ਲੋਕਾਂ ਨੂੰ ਜ਼ੁਬਾਨ ਦਿੱਤੀ। ਇੱਥੇ ਹੀ ਨਹੀਂ, ਇਹ ਸਾਰੇ ਦੇਸ਼ ਵਿੱਚ ਇੱਦਾਂ ਹੋਇਆ। ਹਾਂ, ਇਹ ਵੱਖਰੀ ਗੱਲ ਹੈ ਵੀ ਸਾਡੀ ਇੱਥੇ ਦੀ ਖ਼ਬਰ ਦਿੱਲੀ ਤੋਂ ਅੱਗੇ ਨਹੀਂ ਜਾਂਦੀ, ਦਿੱਲੀ ਤੋਂ ਅਗਲੀ ਖ਼ਬਰ ਇੱਥੇ ਨਹੀਂ ਆਉਂਦੀ, ਪਰ ਸਾਰੇ ਦੇਸ਼ ਵਿੱਚ ਜਿਹੜਾ ਅੱਜ ਮਾਹੌਲ ਬਣਿਆ ਬੀਜੇਪੀ ਨੂੰ ਥੋੜ੍ਹਾ ਜਿਹਾ ਸਬਕ ਸਿਖਾਉਣ ਦਾ, ਉਹਦਾ ਕ੍ਰੈਡਿਟ ਕਿਸਾਨ ਜਥੇਬੰਦੀਆਂ ਨੂੰ ਜਾਂਦਾ। ਇੱਕ ਗੱਲ ਅਸੀਂ ਦੱਸ ਦਈਏ, ਬਿਲਕੁਲ ਇੱਕ ਗੱਲ ਸਪਸ਼ਟ ਤੁਹਾਨੂੰ ਸਾਰਿਆਂ ਨੂੰ, ਅਸੀਂ ਕਿਸੇ ਨੇ ਸਾਰੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਲੈ ਕੇ ਅਮਿਤ ਸ਼ਾਹ ਦੀ ਫੇਰੀ ਤੱਕ ਕਿਸੇ ਨੇ ਕੋਈ ਰਾਹ ਨਹੀਂ ਰੋਕਿਆ, ਸਗੋਂ ਪੁਲਿਸ ਨੇ ਖੁਦ ਬੈਰੀਕੇਡਿੰਗ ਕਰਕੇ ਰਸਤੇ ਰੋਕੇ। ਉਸ ਕਰਕੇ ਡਿਸਰਪਸ਼ਨ ਹੋਈ ਹੋਵੇ ਅਸੀਂ ਤਾਂ ਕਾਲੇ ਝੰਡੇ ਦਿਖਾਉਣ ਲਈ ਤੇ ਸਵਾਲ ਕਰਨ ਲਈ ਜਾਣਾ ਚਾਹੁੰਦੇ ਸੀਗੇ। ਔਰ ਇਸ ਸਾਰੇ ਮਾਮਲੇ 'ਚ ਹੰਸਰਾਜ ਹੁਣੀ ਵੀ ਐਂਟਰੀ ਹੈ ਜਿਹੜੀ, ਉਹ ਬੜੀ ਇੱਕ ਪ੍ਰੋਵੋਕੇਟਿਵ ਐਂਟਰੀ ਸੀਗੀ, ਉਹ ਇੱਕ ਸਾਜਿਸ਼ ਸੀ। ਉਹ ਤਾਂ ਕੁਦਰਤੀ ਉਦਮ ਦਲਿਤ ਜਥੇਬੰਦੀਆਂ ਨੇ ਸਾਡਾ ਸਾਥ ਡੱਟ ਕੇ ਦਿੱਤਾ, ਨਹੀਂ ਤਾਂ ਇਹ ਵੀ ਇੱਕ ਕਿਸਮ ਨਾਲ ਦੂਸਰੀ ਤਰ੍ਹਾਂ ਹੀ ਪੋਲਰਾਈਜੇਸ਼ਨ ਕਰਨ ਦੀ ਖੇਡ ਸੀ, ਜਿਸ 'ਚ ਮਗਰੋਂ ਉਹਨਾਂ ਨੇ ਫਿਰ ਇੱਕ ਕਹਾਣੀ ਬਣਾ ਲਈ ਵੀ ਮੈਂ ਤਾਂ ਬਹੁਤ ਜਾਨ ਬਚਾ ਕੇ ਆਇਆ ਜਾਂ ਹੋਰ ਹੈ। ਸਾਰੀਆਂ ਵੀਡੀਓਜ਼ ਅਵੇਲੇਬਲ ਨੇ, ਸਭ ਕੁਝ ਅਵੇਲੇਬਲ ਹੈ। ਗੱਡੀ ਲੈ ਕੇ ਉਹ ਆਏ ਅੰਦਰ, ਫੇਟ ਉਹਨਾਂ ਨੇ ਮਾਰੀ, ਸਾਡੇ ਲੋਕ ਤਾਂ ਉਸ ਰੋਸ 'ਚੋਂ ਗੱਡੀ ਦੇ ਮੂਹਰੇ ਲੰਮੇ ਪਏ ਨੇ, ਔਰ ਜਿਹੜਾ ਪੁਲਿਸ ਨੇ ਪਾਸੇ ਕਰਕੇ ਤੇ ਉਹਨਾਂ ਨੂੰ ਲੈ ਗਏ। ਨੋਟ ਏ ਸਿੰਗਲ ਇੰਸੀਡੈਂਟ ਆਫ ਇੱਦਾਂ ਦਾ ਵਾਇਲੈਂਸ ਹੋਈ, ਪਰ ਇਹ ਸਾਰੀ ਜਿਹੜੀ ਇਹ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਖੇਡ ਸੀ, ਪੰਜਾਬ ਦੇ ਲੋਕਾਂ ਨੇ ਆਪਸੀ ਸਹਿਯੋਗ ਨਾਲ ਉਹਨੂੰ ਫੇਲ ਕਰ ਦਿੱਤਾ ਹੈ। ਔਰ ਅੱਜ ਸਾਨੂੰ ਪਤਾ ਲੱਗਿਆ ਕਿ ਨੱਡਾ ਸਾਹਿਬ ਦੀ ਅੰਮ੍ਰਿਤਸਰ ਫੇਰੀ ਹੈ ਜਿਹੜੀ ਉਹ ਰੱਦ ਹੋ ਗਈ ਹੈ। ਇਹ ਸੰਯੁਕਤ ਕਿਸਾਨ ਮੋਰਚੇ ਦੀ ਨੈਤਿਕ ਜਿਹੜੀ ਸਫਲਤਾ ਹੈ ਕਿ ਉਹ ਸਾਡਾ ਸਾਹਮਣਾ ਨਹੀਂ ਕਰ ਸਕਦੇ, ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਔਖਾ ਹੋ। ਇੱਕ ਮੈਂ ਆਪਣੇ ਸਾਰੇ ਸਾਥੀਆਂ ਨੂੰ, ਕੇਡਰ ਨੂੰ ਤੁਹਾਡੇ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਬਈ, ਵਿਰੋਧ ਠੀਕ ਹੈ ਬਹੁਤ ਕੀਤਾ, ਹੁਣ ਤਾਂ ਹੁਣ ਵੀ ਜਾਰੀ ਰੱਖੋ, ਪਰ ਹੁਣ ਪਿੰਡਾਂ 'ਚ ਬੂਥ ਲੈਵਲ ਤੱਕ ਇਸ ਮੋਰਚੇ ਨੂੰ ਸੰਭਾਲੋ। ਬੀਜੇਪੀ ਦੀ ਵੋਟ ਜਿਹੜੀ ਹੈ ਉਹ ਪਿੰਡਾਂ 'ਚ ਵੋਟ ਨਹੀਂ ਪੈਣੀ ਚਾਹੀਦੀ,
ਉਹਦੇ ਲਈ ਕੰਮ ਕਰੋ, ਬੂਥ ਲੈਵਲ ਤੱਕ ਜਾ ਕੇ ਹੁਣ ਕੰਮ ਕਰਨਾ ਚਾਹੀਦਾ। ਨਹੀਂ ਬੂਥ ਦਾ ਏਦਾਂ ਕੋਈ ਨੀ ਰੋਕਾਂਗੇ, ਅਸੀਂ ਵੋਟ ਨੂੰ ਕਹਾਂਗੇ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਬੂਥ ਤਾਂ ਲਾਉਣ, ਜਿੱਥੇ ਪਿੰਡ ਦੇ ਲੋਕ ਫੈਸਲਾ ਕਰ ਲੈਣਗੇ ਵੀ ਪਿੰਡ ਨਹੀਂ ਲਾਉਣਾ ਚਾਹੁੰਦਾ ਉੱਥੇ ਕੋਈ ਧੱਕੇ ਨਾਲ ਲਵਾਊਗਾ ਤਾਂ ਉਹ ਧੱਕਾ ਨੀ ਹੋਣਾ, ਜਥੇਬੰਦੀਆਂ ਝੰਡਾ ਲੈ ਕੇ ਨੀ ਜਾਣਗੀਆਂ ਉੱਥੇ, ਲੋਕ ਕਰਦੇ ਨੇ ਕਰਨ ਇੱਕ ਤਾਂ ਇਹ ਆ। ਦੂਸਰਾ ਸਾਥੀਓ, ਸਾਰੀ ਜਿਹੜੀ ਗੱਲਬਾਤ ਹੈ ਆਪਾਂ ਹੁਣ ਇਹਦੇ ਸਮਾਪਤੀ ਵੱਲ ਵਧੀਏ, ਅਤੇ ਕਿਉਂਕਿ ਸਾਰੀ ਗੱਲ ਆ ਗਈ ਹੈ। ਜਿਹੜੀ ਗੱਲ ਜਿੱਥੇ ਤੱਕ ਮੈਂ ਵੀ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਕਾਰ ਵਿਹਾਰ ਇਸ ਵਕਤ ਪੰਜਾਬ ਦੇ ਅੰਦਰ 2-3 ਉਮੀਦਵਾਰਾਂ ਨੇ ਕੀਤਾ, ਹੰਸਰਾਜ ਹੰਸ, ਰਵਨੀਤ ਬਿੱਟੂ, ਜਿੰਨਾ ਬਖਲਾਟ ਚਾ ਕੇ ਉਹ ਗਲਤ ਬੋਲੇ ਨੇ, ਔਰ ਤੀਸਰਾ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦਾ ਇੱਕ ਕੈਂਡੀਡੇਟ ਹੈ, ਮੈਨੂੰ ਹੁਣ ਉਹਦਾ ਨਾਮ ਨਹੀਂ ਯਾਦ, ਉਹ ਉਸ ਤੋਂ ਵੀ ਜ਼ਿਆਦਾ ਗੇਜਾ ਰਾਮ, ਉਹਨੇ ਤਾਂ ਹੱਦ ਹੀ ਕਰ ਦਿੱਤੀ ਹੈ ਵੀ ਜਿਵੇਂ ਕੋਈ ਦੋ ਜਾਤੀਆਂ ਦੇ ਵਿੱਚ ਲੜਾਈ ਹੋਣੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ, ਇਹ ਉਹਨਾਂ ਦੀਆਂ ਸੁਭਾਇਕ ਗੱਲਾਂ ਨਹੀਂ ਹੈਗੀਆਂ। ਇਹ ਜਿਹੜਾ ਬੀਜੇਪੀ ਦਾ IT ਸੈੱਲ ਹੈ, ਇਹ ਉਹਦੀ ਸਾਰੀ ਪ੍ਰੋਜੈਕਸ਼ਨ ਹੈ ਜਿਹੜੀ ਇਸ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕੌਣ ਕਿੱਥੇ ਫਿੱਟ ਆਉਂਦਾ, ਕਿਤੇ ਜਾਤੀਵਾਦ, ਕਿਤੇ ਧਰਮ ਦਾ ਨਾਰਾ, ਕਿਤੇ ਖੇਤਰੀਵਾਦ, ਉਹ ਸਾਰਾ ਇੱਕ ਉਹਦੀ ਪ੍ਰੋਜੈਕਸ਼ਨ ਹੈ, ਉਹਦੇ ਅਧੀਨ ਹੋ ਰਿਹਾ। ਇਹ ਤੋਂ ਸਾਨੂੰ ਚੁਕੰਨੇ ਰਹਿਣ ਦੀ ਲੋੜ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ 3-4 ਦਿਨ ਰਹਿੰਦੇ ਨੇ ਇਸ ਦੇ ਵਿੱਚ, ਉਹਨਾਂ ਦੇ ਜਿਹੜੇ ਲੀਡਰ ਇੱਥੇ ਆਉਂਦੇ ਨੇ ਪੰਜਾਬ ਜਾਂ ਹਿੰਦੁਸਤਾਨ 'ਚ ਕਿਤੇ ਵੀ, ਉੱਥੇ ਉਹਨਾਂ ਦੇ ਵਿੱਚ ਬਿਲਕੁਲ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਸ਼ਾਮਲ ਨਾ ਹੋਇਆ ਜਾਵੇ। ਔਰ ਜੇਕਰ ਦੇਸ਼ ਦੇ ਸੰਵਿਧਾਨ ਨੂੰ ਔਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਹੈ ਔਰ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ ਤਾਂ ਇਸ ਸਰਕਾਰ ਨੂੰ ਸਾਨੂੰ ਸ਼ਿਕਸਤ ਦੇਣ ਦੀ ਲੋੜ ਹੈ। ਅੱਜ ਦਾ ਜਿਹੜਾ ਇਹ ਸਾਡਾ ਮੰਚ ਹੈ, ਇਹ ਤੋਂ ਇਹ ਗੱਲ ਅਸੀਂ ਕਹਿਣ ਜਾ ਰਹੇ ਹਾਂ। ਔਰ ਦੂਸਰੀ ਗੱਲ ਰਹੀ ਡਾਕਟਰ ਸਾਹਿਬ ਦਾ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਸਮਾਪਤ ਕਰੀਏ। ਔਰ ਇਹਦੇ ਬਾਰੇ 'ਚ ਅਸੀਂ ਇੱਕ ਗੱਲ ਜ਼ਰੂਰ ਕਹਿੰਦੇ ਹਾਂ ਕਿ ਜਿਹੜਾ ਡਾਕਟਰ ਸਾਹਿਬ ਨੇ ਥੀਸਿਸ ਇੱਥੇ ਰੱਖਿਆ ਹੈ, ਇਹਨੂੰ ਕਿਉਂਕਿ ਇਹਨਾਂ ਨੇ ਜੋ ਇਸ ਤਰ੍ਹਾਂ ਐਕਸਪਲੇਨ ਕੀਤਾ ਤਕਨੀਕੀ ਤੌਰ 'ਤੇ, ਉਹਦੇ ਜੇ ਉਹ ਠੀਕ ਹੈ ਤਾਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਇਹ ਅਮਰੀਕੀ ਕੰਪਨੀਆਂ ਜਿਹੜਾ ਦਾਖਲਾ ਇੱਥੇ ਉਸ ਸੈਕਸ ਸੀਮਨ ਨੂੰ ਲੈ ਕੇ ਆਉਣ ਦਾ, ਉਹ 'ਤੇ ਤੁਰੰਤ ਜਿਹੜਾ ਬੈਨ ਕੀਤਾ ਜਾਵੇ। ਅੱਜ ਦੀ ਇਹ ਕਾਨਫਰੰਸ ਮੰਗ ਕਰਦੀ ਹੈ, ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।